ਨੋਰਮਲ ਜੀ ਗੱਲ ਕਰਾਂ, ਮੇਰਾ ਤਾਂ ਮੋਬਾਈਲ ਵੀ ਐਵੇਂ ਦਾ ਉਹ ਹੈਂਗ ਹੋ ਜਾਂਦਾ ਜੀ, ਉਹ ਵਿੱਚ ਹੀ ਰਹਿ ਜਾਂਦੇ ਨੇ ਸਾਰੇ ਮੈਸੇਜ ਮੁਸੇ ਇਨ ਡਰਾਈਵਰ ਵਾਲਿਆਂ ਨੂੰ। ਹੁਣ ਤੁਸੀਂ ਸਪਾਂਸਰ ਲੈ ਅਗਲੀ ਵਾਰੀ ਸੈਮਸੰਗ ਜਾਂ ਵੀਵੋ ਓਪੋ ਵਾਲੇ ਲੈ ਲਓ ਸਪਾਂਸਰ ਫੋਨ ਤੇ। ਮੈਨੂੰ ਲੱਗਦਾ ਸਹੀ ਗੱਲ ਬਾਈ ਨੂੰ ਤੁਸੀਂ ਬਾਈ ਨਾਲ ਕਰੀਏ ਗਿਆ ਸੀਗਾ। ਮੈਂ ਪਹਿਲਾਂ ਥੋੜਾ ਯਾਰ ਜਿਗਰੀ ਕਸੂਤੀ ਡਿਗਰੀ ਦੇ ਸੀਜ਼ਨ 'ਚ ਕੀਤਾ ਸੀਗਾ, ਛੋਟਾ ਜਿਹਾ ਕਰੈਕਟਰ ਹੈ ਮੇਰਾ, ਅਤੇ ਸੈਕਿੰਡ ਸੀਜ਼ਨ 'ਚ ਉਹ ਹਲੇ ਆਉਣਾ ਸੀਗਾ। ਅਤੇ ਉਹ ਮਤਲਬ ਬਾਈ ਨੇ ਮਿਲੇ ਹੋਏ ਸੀ, ਕੰਮ ਦੇਖਿਆ ਸੀਗਾ, ਬਾਈ ਨੂੰ ਵਧੀਆ ਲੱਗਿਆ, ਤਾਂ ਕਰਕੇ ਬਾਈ ਨੂੰ ਪਤਾ ਵੀ ਸੀਗਾ ਵੀ ਹਾਂ ਵੀ ਮੈਂ ਤੋਂ ਕਿੰਨਾ ਕੁ ਕੰਮ ਕਰਵਾ ਸਕਦਾ ਅਤੇ ਕਿੰਨੇ ਕੁ ਦੇ ਲਾਇਕ ਹੈ। ਘਰੋਂ ਆਪਾਂ ਨੂੰ ਸਪੋਰਟ ਹਮੇਸ਼ਾ ਰਹੀ ਹੈ ਜੀ ਉਹਨਾਂ ਦਾ, ਮਤਲਬ ਉਹਨਾਂ ਨੇ ਕਿਹਾ ਵੀ, ਮੈਨੂੰ ਤਾਂ ਮਤਲਬ ਇੱਥੇ ਤੱਕ ਵੀ ਕਹਿ ਦਿੰਦੇ ਹੁੰਦੇ ਸੀਗੇ ਵੀ ਤੇਰਾ ਕੁਛ ਬਣਨਾ ਚਾਹੀਦਾ ਆਪਣੇ ਕੋਲ, ਜਿਹੜਾ ਕੁਛ ਵੀ ਜੋ ਹੈ ਜਿੰਨਾ ਕੁ ਜ਼ਮੀਨ ਜੇ ਉਹ, ਜੇ ਦਾਅ 'ਤੇ ਵੀ ਲਾਉਣਾ ਹੋਇਆ ਆਪਾਂ ਦਾਅ 'ਤੇ ਲਾ ਦਾਂਗੇ। ਹੁਣ ਇਹ ਜ਼ਰੂਰ ਸੋਚ ਕੇ ਚੱਲਾਂਗੇ ਵੀ ਹਾਂ ਆਪਾਂ ਨੇ ਜੋ ਅੱਗੇ ਕੰਮ ਕਰਨਾ ਤਾਂ ਵਧੀਆ ਕਰੀਏ ਵੀ ਆਡੀਅੰਸ ਨੂੰ ਵਧੀਆ ਲੱਗੇ, ਇਹ ਨਾ ਹੋਏ ਆਪਾਂ ਆਡੀਅੰਸ ਨੂੰ ਨਾਰਾਜ਼ ਕਰੀਏ। ਤਾਂ ਜਦੋਂ ਅਸੀਂ ਕੋਈ ਵੀ ਫੋਟੋ ਪਾਉਂਦੇ ਹਾਂ ਜਾਂ ਕੁਛ ਵੀ ਪਾਉਂਦੇ ਹਾਂ, ਕੰਟੈਂਟ ਪਾਉਂਦੇ ਹਾਂ, ਤਾਂ ਲੋਕ ਨਾ ਇੰਟਰਵਿਊਆਂ ਦੇ ਵਿੱਚੋਂ ਸਾਡੀਆਂ ਗੱਲਾਂ ਸੁਣ ਕੇ ਉਹ ਕਮੈਂਟ 'ਚ ਕਰਦੇ ਨੇ ਵੀ ਲੋਕ ਇੰਟਰਵਿਊ ਦੇਖਣ 'ਚ ਇੰਟਰਸਟ ਰੱਖਦੇ ਨੇ, ਉਹਨਾਂ ਉਹ ਜਾਣਨਾ ਚਾਹੁੰਦੇ ਨੇ ਵੀ ਕਿਵੇਂ ਚੱਲਦਾ ਹੈ, ਕੀ ਚੱਲਦਾ ਸੈੱਟ 'ਤੇ, ਕਿਵੇਂ ਚੱਲਦਾ ਹੈ ਜਾਂ ਆਪਦੀ ਲਾਈਫ 'ਚ ਕੀ ਚੱਲਦਾ। ਹੁਣ ਵੀ ਮੈਨੂੰ ਫੋਨ ਆਇਆ ਅਤੇ ਮੈਨੂੰ ਕਹਿੰਦੇ ਕਿੱਥੇ ਮਹਾਂ ਵੀ ਐਂ ਕਰਕੇ ਇੰਟਰਵਿਊ ਹੈ ਵੀ ਇੰਟਰਵਿਊ ਦੇਣ ਆਏ ਹੋਏ ਹਾਂ। ਅੱਛਾ, ਅਤੇ ਲਾਈਵ 'ਚ ਤਾਂ ਬੋਲਿਆ ਨਹੀਂ, ਹੁਣ ਬੋਲ ਨਹੀਂ ਮਾੜਾ ਮੋਟਾ। ਓਕੇ, ਮੈਂ ਕਹਿੰਦਾ ਜਿਹੜਾ ਜੀ ਟ੍ਰੋਲ ਪੰਜਾਬੀ ਤੇ ਲਾਈਵ ਕਰ ਰਿਹਾ। ਹਾਂ, ਕਹਿੰਦੇ ਲਾਈਵ 'ਚ ਤਾਂ ਤੂੰ ਚੁੱਪ ਕਰਕੇ ਬੈਠਾ ਰਿਹਾ, ਮਾੜਾ ਮੋਟਾ ਬੋਲ ਲਿਆ ਕਰ। ਮਾਂ ਠੀਕ ਹੈ, ਬੋਲੂ। ਅਤੇ ਹੁਣ ਜਦੋਂ ਇੰਸਟਾਗ੍ਰਾਮ ਦੇ ਉੱਪਰ ਮੈਸੇਜ ਆਉਂਦੇ ਆ ਲੋਕਾਂ ਦੇ, ਮੋਸਟਲੀ ਜ਼ਿਆਦਾ ਮੈਸੇਜ ਕਿਹੜਾ ਆ ਰਿਹਾ? ਮੋਸਟਲੀ ਕਿੱਦਾਂ, ਕਿਹੜੇ ਟਾਈਪ ਦੀ ਗੱਲ? ਮਤਲਬ ਕੋਈ ਕੋਈ ਵੀ, ਮਤਲਬ ਇੱਕ ਕਿਸੇ ਵੀ ਚੀਜ਼ ਹੋ ਜਾਂਦਾ ਨਾ, ਜਿੱਦਾਂ ਹੁਣ ਮੰਨ ਕੇ ਕਰੋ ਵੀ ਆਪਣਾ ਹੈਰੀ ਬਾਈ ਆ, ਉਹਨੂੰ ਮੁੱਛਾਂ ਰਿਲੇਟਡ ਮੈਸੇਜ ਬਹੁਤ ਜ਼ਿਆਦਾ ਆਉਂਦਾ ਵੀ ਮੁੱਛਾਂ ਬਹੁਤ ਸੋਹਣੀਆਂ ਤੇਰੀਆਂ, ਕਿੱਥੋਂ ਕਰੀਆਂ, ਤੁਹਾਨੂੰ ਇੱਦਾਂ ਦਾ ਮੈਸੇਜ ਕਿਹੜਾ ਖਾਸ ਮੈਸੇਜ ਕਿਹੜਾ ਆਉਂਦਾ? ਖਾਸ ਮੈਨੂੰ ਕਿਊਟ ਦਾ ਆਉਂਦਾ ਜੀ। ਅੱਛਾ, ਤਾਂ ਮਤਲਬ ਸਾਰੇ ਕਹਿੰਦੇ ਕਿਊਟ ਹੋ, ਫਿਰ ਅੰਦਰੋਂ ਫਿਰ ਆਵਾਜ਼ ਆਉਂਦੀ ਹੋਣੀ। ਯੈਸ ਯੈਸ, ਆਉਂਦੀ ਤਾਂ ਆਉਂਦੀ ਹੈ ਜੀ, ਬਿਲਕੁਲ ਬਿਲਕੁਲ ਆਉਂਦੀ ਹੈ ਨਾ। ਰਿਪਲਾਈ ਸਭ ਦਾ ਹੋ ਜਾਂਦਾ ਕਿ ਰਹਿ ਜਾਂਦਾ ਕੋਈ ਨਾ ਕੋਈ? ਰਿਪਲਾਈ ਮੈਂ ਜਿੰਨਾ ਹੋ ਸਕਦਾ ਜੀ ਮੈਂ ਸਭ ਦਾ ਰਿਪਲਾਈ ਕਰ ਰਿਹਾ। ਨਹੀਂ, ਇਹ ਵੈਸੇ ਸਾਰੀ ਟੀਮ ਦੀ, ਸੋਰੀ ਤੁਹਾਡੀ ਗੱਲ ਵਿੱਚ ਖਾਸੀਅਤ ਰਹੀ ਆ ਵੀ ਚਾਹੇ ਉਹ ਕੁੜੀਆਂ ਵੀ ਸੀਗੀਆਂ ਚਾਹੇ ਮੁੰਡੇ ਸੀ, ਜੇ ਕਿਸੇ ਨੇ ਉਹਨਾਂ ਨੂੰ ਮੈਂਸ਼ਨ ਕੀਤਾ ਤਾਂ ਉਹਨਾਂ ਨੇ ਮੈਂਸ਼ਨ ਬੈਕ ਵੀ ਕੀਤਾ ਅਤੇ ਹਰ ਇੱਕ ਬੰਦੇ ਦਾ ਉਹਨਾਂ ਨੇ ਰਿਐਕਟ ਕੀਤਾ। ਇਹ ਮੈਨੂੰ ਲੱਗਦਾ ਯਾਰ ਚੱਲੇ ਬਾਹਰ ਟੀਮ ਦੀ ਖਾਸੀਅਤ ਰਹੀ। ਹਾਂ, ਹੁਣ ਇੱਕ ਚੱਕਰ ਹੋਰ ਹੋ ਗਿਆ ਸੀਗਾ ਮੈਨੂੰ, ਮਤਲਬ ਥੋੜ੍ਹਾ ਜ਼ਿਆਦਾ ਉਹ ਆ ਰਹੇ ਸੀ ਵੀ ਤੁਸੀਂ ਹੁਣ ਸਾਨੂੰ ਮਤਲਬ ਰਿਪਲਾਈ ਨਹੀਂ ਕਰ ਰਹੇ ਜਾਂ ਮੈਂਸ਼ਨ ਨਹੀਂ ਕਰ ਰਹੇ। ਉਹ ਹੁਣ ਜਿਵੇਂ ਕੰਮ 'ਤੇ ਹੁੰਦੇ ਆ ਜੀ, ਵਿੱਚ ਚੱਲੇ ਆ ਕੁਛ ਕੁ ਸ਼ੂਟ ਚੱਲੀ ਜਾਂਦੇ ਸੀਗੇ ਕੰਮ ਕਰੇ, ਹੁਣ ਤੁਹਾਨੂੰ ਪਤਾ ਵੀ ਜਦੋਂ ਆਪਾਂ ਸ਼ੂਟ ਦੇ ਦਿਨ ਰਾਤ ਬੰਦਾ ਜਮ੍ਹਾਂ ਫ੍ਰੀ ਨਹੀਂ ਹੁੰਦਾ, ਸਾਰੀ ਰਾਤ ਮਤਲਬ ਕਈ ਵਾਰ ਰਾਤ ਨੂੰ ਟਾਈਮ ਮਿਲਦਾ, ਕੁਛ ਕੁ ਮਤਲਬ ਦੋਸਤ ਮਿੱਤਰ ਵੀ ਨਾਰਾਜ਼ ਹੋ ਜਾਂਦੇ ਨੇ ਵੀ ਤੂੰ ਫੋਨ ਕਰਨੋਂ ਹਟ ਗਿਆ, ਫੋਨ ਨਹੀਂ ਕਰਦਾ, ਉਹ ਰਿਪਲਾਈ ਵੀ ਨਹੀਂ ਹੁੰਦੇ ਜਿਨ੍ਹਾਂ ਦੇ ਜਾਂ ਜਿਨ੍ਹਾਂ ਨੂੰ ਫੋਨ ਨਹੀਂ ਹੁੰਦਾ, ਹੁਣ ਕੰਮਾਂ ਕਾਰਾਂ 'ਚ ਹੁੰਦੇ ਆ ਤਾਂ ਕਰਕੇ ਥੋੜ੍ਹਾ ਜਿਹਾ ਐਂ ਹੋ ਜਾਂਦਾ, ਉਹਨਾਂ ਨੂੰ ਸਮਝਾਉਣਾ ਹੌਲੀ ਹੌਲੀ ਸਮਝ ਜਾਣਗੇ, ਹੈ ਨਾ। ਪਰ ਮੇਰੇ ਜਿਹੜੇ ਮਿੱਤਰ ਨੇ, ਖਾਸ ਮਿੱਤਰ ਨੇ, ਉਹ ਸਾਰੇ ਸਿਆਣੇ ਨੇ, ਉਹ ਇਸ ਗੱਲ ਨੂੰ ਸਮਝ ਜਾਂਦੇ ਨੇ ਵੀ ਹਾਂ ਐਵੇਂ ਕਰਕੇ ਵੀ ਫੀਲਡ, ਕਿਉਂਕਿ ਸਾਰੇ ਆਪਣੀ ਫੀਲਡ ਨਾਲ ਹੀ ਸੰਬੰਧਿਤ ਨੇ ਕੁਛ ਕੁ ਬੰਦੇ। ਅਤੇ ਉਹ ਤਾਂ ਕਰਕੇ ਹੁਣ ਜਿਨ੍ਹਾਂ ਦੇ ਰਿਪਲਾਈ ਨਹੀਂ ਹੁੰਦੇ ਤਾਂ ਉਹਨਾਂ ਨੂੰ ਵੀ ਮੈਂ ਇਹੀ ਗੱਲ ਕਹਿਣਾ ਹੁੰਦਾ ਵੀ ਯਾਰ ਬਾਈ ਥੋੜ੍ਹਾ ਕੰਮ ਸੀਗਾ, ਕੰਮ ਚੱਲੀ ਜਾਂਦਾ ਜੀ, ਬਿਜ਼ੀ ਸੀਗੇ। ਮਤਲਬ ਹਰ ਇੱਕ ਨੂੰ ਆਪਾਂ ਨੀਵੇਂ ਹੋ ਕੇ ਦੱਸੀਦਾ ਜੀ ਜੋ ਵੀ ਗੱਲਬਾਤ ਆ, ਕਈਆਂ ਦਾ ਨਹੀਂ ਵੀ ਹੋ ਪਾਉਂਦਾ, ਹਲੇ ਵੀ ਨਹੀਂ ਹੋਇਆ ਹੋਣਾ, ਮੈਂ ਇਹੀ ਗੱਲ ਕਹਿਣਾ ਹੁੰਦਾ। ਪਰ ਫਿਰ ਐਂ ਹੁੰਦਾ, ਤੁਹਾਨੂੰ ਪਤਾ ਹੀ ਹੈ ਜੀ, ਹੈ ਨਾ, ਜਿੰਨਾ ਕੁ ਮੇਰਾ, ਮੈਂ ਤੁਹਾਨੂੰ ਜੇ ਨੋਰਮਲ ਜੀ ਗੱਲ ਕਰਾਂ, ਮੇਰਾ ਤਾਂ ਮੋਬਾਈਲ ਵੀ ਐਵੇਂ ਦਾ ਉਹ ਹੈਂਗ ਹੋ ਜਾਂਦਾ ਜੀ, ਉਹ ਵਿੱਚ ਹੀ ਰਹਿ ਜਾਂਦੇ ਨੇ ਸਾਰੇ ਮੈਸੇਜ ਮੁਸੇਜ ਇਨ ਡਰਾਈਵਰ ਵਾਲਿਆਂ ਨੂੰ। ਹੁਣ ਤੁਸੀਂ ਸਪਾਂਸਰ ਲੈ ਅਗਲੀ ਵਾਰੀ ਸੈਮਸੰਗ ਜਾਂ ਵੀਵੋ ਓਪੋ ਵਾਲੇ ਲੈ ਲਓ ਸਪਾਂਸਰ ਫੋਨ ਤੇ। ਮੈਨੂੰ ਲੱਗਦਾ ਸਹੀ ਗੱਲ ਬਾਈ ਨੂੰ, ਤੁਸੀਂ ਬਾਈ ਨਾਲ ਕਰੀਏ ਗੱਲ ਵੀ ਕੋਈ ਫੋਨ ਵਾਲਿਆਂ ਨੂੰ ਸਪਾਂਸਰ ਲਓ ਜੀ, ਜਿਹੜੇ ਕਹਿਣ ਵੀ ਅਸੀਂ ਕਾਸਟ ਨੂੰ ਇੱਕ ਇੱਕ ਫੋਨ ਦੇ ਰਹੇ ਹਾਂ, ਸਭ ਤੋਂ ਮਤਲਬ ਜਿਹੜਾ ਹਾਈ ਲੈਵਲ ਦਾ ਫੋਨ ਹੈ ਸਾਡਾ ਉਹ ਦੇ ਰਹੇ। ਤੇ ਬਾਈ ਮੇਰਾ ਅਗਲਾ ਸਵਾਲ ਇਹੀ, ਮੈਂ ਇੱਧਰ ਨਹੀਂ ਆਉਣਾ ਚਾਹੁੰਦਾ ਸੀਗਾ, ਜਦੋਂ ਇਸ ਲਾਈਨ ਦੇ ਵਿੱਚ ਆਪਣਾ ਸਟਾਰਟਅਪ ਹੁੰਦਾ ਨਾ, ਮਤਲਬ ਜੇ ਆਪਾਂ ਵੱਡੇ ਘਰ ਤੋਂ ਆ ਫਿਰ ਤਾਂ ਕੋਈ ਦਿੱਕਤ ਨਹੀਂ। ਹਾਂਜੀ, ਪਰ ਉਹ ਫਾਈਨਾਂਸ ਨੂੰ ਲੈ ਕੇ ਬਹੁਤ ਮੈਨੇਜਮੈਂਟ ਕਰਨੀ ਪੈਂਦੀ ਹੈ। ਇੰਦਰਜੀਤ ਬਾਈ ਦੀ ਮੈਂ ਮੁਲਾਕਾਤ ਕਰਕੇ ਆਇਆ ਸੀ, ਉਹ ਕਹਿੰਦਾ ਯਾਰ ਤੁਸੀਂ ਯਕੀਨ ਕਰਿਓ, ਮੈਨੂੰ ਮਾਣ ਆ ਵੀ ਉਸ ਬੰਦੇ ਨੇ ਗੱਲ ਇਹ ਕੈਮਰੇ ਦੱਸੀ, ਕਹਿੰਦਾ ਮੈਂ ਲਿਫਟਾਂ ਲੈ ਲੈ ਜਾਂਦਾ ਰਿਹਾ ਸ਼ੂਟ ਦੇ ਉੱਤੇ ਵੀ ਆਹ ਕਰਨਾ ਇਹ ਕਰਨਾ। ਫਾਈਨਾਂਸ ਵੱਲੋਂ ਤੁਸੀਂ ਕਿੱਦਾਂ ਰਹੇ ਵੀ ਕਿੱਦਾਂ ਮੈਨੇਜਮੈਂਟ ਕਰਦੇ ਰਹੇ ਜਾਂ ਫੈਮਿਲੀ ਸਪੋਰਟ ਕਿੱਦਾਂ ਰਹੀ, ਖੁਦ ਦੀ ਅਰਨਿੰਗ ਕਦੋਂ ਤੋਂ ਸਟਾਰਟ ਕੀਤੀ? ਮੈਂ ਜੇ ਇਹ ਗੱਲ ਕਰਾਂ ਜੀ, ਆਪਾਂ ਘਰੋਂ ਠੀਕ ਹੈ, ਮਤਲਬ ਮੱਧ ਵਰਗੀ ਜਿਵੇਂ ਦੇ ਹੁੰਦੇ, ਤੁਹਾਨੂੰ ਪਤਾ ਹੀ ਹੈ ਜੀ, ਬਾਕੀ ਕੋਈ ਬਾਹਲਾ ਇੰਨਾ ਉਹ ਨਹੀਂ ਹੈਗਾ। ਅਤੇ
ਘਰੋਂ ਆਪਾਂ ਨੂੰ ਸਪੋਰਟ ਹਮੇਸ਼ਾ ਰਹੀ ਹੈ ਜੀ ਉਹਨਾਂ ਦਾ ਮਤਲਬ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਮਤਲਬ ਇੱਥੇ ਤੱਕ ਵੀ ਕਹਿ ਦਿੰਦੇ ਹੁੰਦੇ ਸੀਗੇ ਵੀ ਤੇਰਾ ਕੁਛ ਬਣਨਾ ਚਾਹੀਦਾ ਆਪਣੇ ਕੋਲ ਜਿਹੜਾ ਕੁਛ ਵੀ ਜੋ ਹੈ ਜਿੰਨਾ ਕੁ ਜ਼ਮੀਨ ਜੇ ਉਹ ਜੇ ਦਾਅ ਤੇ ਵੀ ਲਾਉਣਾ ਹੋਇਆ ਆਪਾਂ ਦਾਅ ਤੇ ਲਾ ਦਾਂਗੇ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਹੋਈ ਸੀ ਵੀ ਤੂੰ ਦੱਸ ਵੀ ਤੇਰਾ ਬਣਦਾ ਤਾਂ ਕੋਈ ਚੱਕਰ ਨਹੀਂ ਜਿੰਨਾ ਹੋ ਸਕਦਾ ਹੋਇਆ ਤੈਨੂੰ ਓਨੀ ਸਪੋਰਟ ਹੈ ਉਹਨਾਂ ਦਾ ਘਰੋਂ ਆਪਾਂ ਨੂੰ ਇੱਕ ਨੰਬਰ ਤੇ ਫੁੱਲ ਸਪੋਰਟ ਰਹੀ ਹੈ ਜੀ ਤੇ ਰਹੀ ਗੱਲ ਪੈਸੇ ਟਕੇ ਦੀ ਪੈਸੇ ਟਕੇ ਵੱਲੋਂ ਆਪਾਂ ਤੰਗ ਹੀ ਰਹੇ ਹਾਂ ਹਾਂ ਨਹੀਂ ਇਹ 'ਚ ਕੋਈ ਉਸ ਵਾਲੀ ਗੱਲ ਨਹੀਂ ਹਾਂ ਮੈਨੂੰ ਮੇਰੇ ਦੋਸਤਾਂ ਮਿੱਤਰਾਂ ਨੇ ਠੀਕ ਹੈ ਜਿਹੜੇ ਮੇਰੇ ਨਾਲ ਨੇ ਉਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਇਸ ਮਾਮਲੇ ਦੇ ਵਿੱਚ ਜਦੋਂ ਲੋੜ ਹੁੰਦੀ ਸੀਗੀ ਤਾਂ ਮੈਨੂੰ ਪੈਸੇ ਭੇਜਦੇ ਰਹੇ ਨੇ ਪਾਉਂਦੇ ਵੀ ਰਹੇ ਨੇ ਬਾਹਰ ਗਿਆ ਹੋਇਆ ਮਿੱਤਰ ਆਪਣਾ ਉਹ ਵੀ ਪਾਉਂਦਾ ਰਿਹਾ ਇੱਥੇ ਰਹਿੰਦੇ ਨੇ ਮਿੱਤਰ ਠੀਕ ਹੈ ਉਹ ਵੀ ਆਪਾਂ ਨੂੰ ਜਿੰਨੀ ਹੋ ਸਕਦੀ ਹੈ ਉਨੀ ਸਪੋਰਟ ਕਰਦੇ ਨੇ ਵੀ ਜਦੋਂ ਵੀ ਲੋੜ ਪੈਂਦੀ ਹੈ ਤੇ ਕੁਛ ਜੇ ਆਪਾਂ ਅਰਨਿੰਗ ਦੀ ਗੱਲ ਕਰੀਏ ਅਰਨਿੰਗ ਹੁਣ ਹੋ ਰਹੀ ਹੈ ਖਰਚਾ ਪਾਣੀ ਆਪਦਾ ਕੱਢ ਰਹੇ ਹਾਂ ਹੁਣ ਐ ਨਹੀਂ ਹੈਗਾ ਵੀ ਹੁਣ ਆਪਾਂ ਫੇਰ ਘਰੋਂ ਤੰਗ ਕਰਾਂਗੇ ਪਰ ਮੈਂ ਬਹੁਤ ਲੇਟ ਅਰਨਿੰਗ ਸ਼ੁਰੂ ਕੀਤੀ ਹੈ ਮੈਂ ਕੋਈ ਐ ਨਹੀਂ ਹੈਗਾ ਵੀ ਮੈਨੂੰ ਬਹੁਤ ਸਾਲ ਹੋ ਗਏ ਜੀ ਕਮਾਉਂਦੇ ਨੂੰ ਨਾ ਮੈਂ ਪਹਿਲਾਂ ਆਪਾਂ ਨੂੰ ਘਰੋਂ ਹੀ ਸਾਰਾ ਸੀਗਾ ਤੇ ਹੁਣ ਘਰੋਂ ਅੱਜ ਵੀ ਜਵਾਬ ਨਹੀਂ ਪਰ ਹੁਣ ਆਪ ਨੂੰ ਐ ਹੋਣ ਲੱਗਿਆ ਚਲੋ ਕੰਮ ਵੀ ਚੱਲ ਪਿਆ ਹਾਂ ਕੰਮ ਵੀ ਚੱਲ ਪਿਆ ਤੇ ਜਿੰਨੇ ਕੁ ਮਿਲਦੇ ਆ ਆਪਣਾ ਮਤਲਬ ਜਿਹੜੀ ਆਈ ਚਲਾਈ ਹੈ ਉਹ ਮਤਲਬ ਵਧੀਆ ਚੱਲਣ ਲੱਗ ਜਦੋਂ ਵੀ ਉਹ ਟਾਈਮ ਆ ਗਿਆ ਕਿ ਹੁਣ ਆਪਾਂ ਚੂਜ਼ ਕਰਦੇ ਹਾਂ ਯਾਰ ਆਹ ਕੰਮ ਕਰਨਾ ਜਾਂ ਨਹੀਂ ਕਰਨਾ ਕੋਈ ਇੱਕ ਸਟੇਜ ਉਹ ਹੁੰਦੀ ਆ ਵੀ ਕੰਮ ਮਿਲਣਾ ਚਾਹੀਦਾ ਜਦੋਂ ਦਾ ਮਰਜ਼ੀ ਮਿਲੇ ਹੁਣ ਕਿਹੜੀ ਸਟੇਜ ਚੱਲ ਰਹੀ ਹੈ ਲਾਈਫ ਦੀ ਹੁਣ ਸਟੇਜ ਬਿਲਕੁਲ ਹਾਂ ਇਹ ਹੈਗੀ ਹੈ ਜੀ ਵੀ ਹੁਣ ਆਪਾਂ ਨੇ ਕੰਮ ਕਰਨਾ ਠੀਕ ਹੈ ਵਧੀਆ ਕੰਮ ਦੇਖ ਕੇ ਕਰਨਾ ਵਧੀਆ ਜੋ ਆਪਾਂ ਨੂੰ ਲੱਗੇ ਵੀ ਹਾਂ ਆਹ ਕਰੈਕਟਰ ਸਹੀ ਹੈ ਆਪਣੇ ਲਈ ਆਪਾਂ ਉਹ ਕਰੈਕਟਰ ਕਰਾਂਗੇ ਚੋਇਸ ਦੇਖੋ ਮੈਂ ਨੋ ਡਾਊਟ ਹਲੇ ਚਲੋ ਐਂ ਹੁੰਦਾ ਜੀ ਆਪਣੀ ਚੋਇਸ ਹਲੇ ਵੀ ਸ਼ਾਇਦ ਨਾ ਚੱਲਦੀ ਹੋਵੇ ਉਨੀ ਨਾ ਚੱਲੇ ਪਰ ਆਪਾਂ ਜਿੱਥੇ ਤੱਕ ਆਪਦਾ ਹੋ ਸਕਦਾ ਆਪਾਂ ਇਹ ਸੋਚ ਕੇ ਚੱਲਾਂਗੇ ਵੀ ਹਾਂ ਆਪਾਂ ਨੇ ਆਹ ਆਹ ਕਰਨਾ ਇਹ ਨਹੀਂ ਕਰਨਾ ਠੀਕ ਹੈ ਜੇ ਆਪਾਂ ਇੰਨੇ ਕੁ ਬਜਟ ਦਾ ਕੰਮ ਕਰਨਾ ਤਾਂ ਕਰੈਕਟਰ ਵਧੀਆ ਹੋਣਾ ਚਾਹੀਦਾ ਕੰਮ ਵਧੀਆ ਹੋਣਾ ਚਾਹੀਦਾ ਹੈਨਾ ਕਿਉਂਕਿ ਕਈ ਵਾਰ ਹੁੰਦਾ ਜੀ ਵੀ ਆਪਾਂ ਕਹਿ ਦਈਏ ਵੀ ਬਜਟ ਪਿੱਛੇ ਆਪਾਂ ਵਧੀਆ ਕੰਮ ਨਹੀਂ ਛੱਡਣਾ ਜੇ ਆਪਾਂ ਨੂੰ ਹੋਵੇ ਵੀ ਹਾਂ ਕਿਉਂਕਿ ਤੁਹਾਨੂੰ ਪਤਾ ਵੀ ਇਹ ਚੀਜ਼ਾਂ ਵੀ ਜ਼ਰੂਰੀ ਨੇ ਪੈਸਾ ਵੀ ਜ਼ਰੂਰੀ ਪੈਸਾ ਬਹੁਤ ਜ਼ਰੂਰੀ ਹੈ ਨਾ ਚਲੋ ਹਾਂ ਜੇ ਕਿਤੇ ਕੋਈ ਮਾੜਾ ਮੋਟਾ ਕੰਮ ਨਾਲ ਮਾੜਾ ਜਿਹਾ ਕੰਪਰੋਮਾਈਜ਼ ਹੈ ਤਾਂ ਫਿਰ ਪੈਸੇ ਨਾਲ ਨਹੀਂ ਹੋਊਗਾ ਮਤਲਬ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜ਼ਿੰਦਗੀ ਵੀ ਚਲਾਉਣੀ ਹੈ ਸਾਰਾ ਕੁਛ ਹੀ ਕਰਨਾ ਤਾਂ ਹੁਣ ਇਹ ਜ਼ਰੂਰ ਸੋਚ ਕੇ ਚੱਲਾਂਗੇ ਵੀ ਹਾਂ ਆਪਾਂ ਨੇ ਜੋ ਅੱਗੇ ਕੰਮ ਕਰਨਾ ਤਾਂ ਵਧੀਆ ਕਰੀਏ ਵੀ ਆਡੀਅੰਸ ਨੂੰ ਵਧੀਆ ਲੱਗੇ ਇਹ ਨਾ ਹੋਏ ਆਪਾਂ ਆਡੀਅੰਸ ਨੂੰ ਨਾਰਾਜ਼ ਕਰੀਏ ਬਾਕੀ ਉਤਰਾਅ ਚੜ੍ਹਾਅ ਜ਼ਿੰਦਗੀ 'ਚ ਆਉਂਦੀ ਰਹਿੰਦੀ ਮੈਨੂੰ ਨਾ ਬਿਨੂ ਢਿੱਲ ਭਾਈ ਦੀ ਗੱਲ ਯਾਦ ਆ ਜਾਂਦੀ ਜਦੋਂ ਇਹ ਗੱਲ ਕਰਦੇ ਉਹ ਕਹਿੰਦੇ ਨਾ ਜਦੋਂ ਮੇਰੇ ਵਿਆਹ ਦੀ ਗੱਲ ਚੱਲੀ ਮੈਂ ਨਾਟਕ ਕਰਦਾ ਹੁੰਦਾ ਸੀ ਉਹ ਕਹਿੰਦੇ ਮੁੰਡਾ ਕਰਦਾ ਕੀ ਆ ਉਹ ਕਹਿੰਦੇ ਜੀ ਨਾਟਕ ਕਰਦਾ ਆ ਕਹਿੰਦੇ ਚਲੋ ਇਹ ਤਾਂ ਠੀਕ ਹੈ ਪਰ ਕੰਮ ਦੱਸੋ ਕੰਮ ਦੱਸੋ ਕੀ ਕਰਦਾ ਉਹ ਕਹਿੰਦੇ ਇਹ ਤਾਂ ਠੀਕ ਹੈ ਕੰਮ ਦੱਸੋ ਕੀ ਕਰਦਾ ਉਹ ਤਾਂ ਮੈਂ ਉਹੀ ਕਹਿੰਦਾ ਵੀ ਇਹ ਫੀਲਡ ਹੀ ਇੱਦਾਂ ਦਾ ਮਤਲਬ ਤੁਹਾਡੀ ਸਟਾਰਟਅਪ ਇੱਦਾਂ ਉਦੋਂ ਬਾਅਦ ਚੋਂ ਇਹ ਸਮੁੰਦਰ ਵੀ ਇੰਨਾ ਥਾ ਆ ਕਿ ਵੀ ਤੁਹਾਨੂੰ ਕੋਈ ਹਿਸਾਬ ਨਹੀਂ ਹੈ ਹਾਂਜੀ ਹਾਂ ਇਹ ਚੀਜ਼ ਤਾਂ ਹੈਗੀ ਹੈ ਬਿਲਕੁਲ ਜੀ ਬਿਲਕੁਲ ਤੇ ਜੇ ਆਪਾਂ ਯਾਰ ਚੱਲੇ ਬਾਹਰ ਤੇ ਵਾਪਸ ਆਈਏ ਇਹਦਾ ਜਦੋਂ ਤੁਸੀਂ ਆਡੀਸ਼ਨ ਦੇ ਦਿੱਤਾ ਇਹ ਜੇ ਜੇ ਸੀਗਾ ਸਭ ਤੋਂ ਜਿਹਨੂੰ ਪਹਿਲੋਂ ਬਾਜੀ ਨੇ ਦੋ ਮਿੰਟਾਂ ਯੈਸ ਕਰ ਦਿੱਤਾ ਤੁਹਾਡੀ ਯੈਸ ਉਹਨੂੰ ਕਿੰਨਾ ਟਾਈਮ ਲੱਗਾ ਮੇਰੀ ਯੈਸ ਉਹਨੂੰ ਮੈਨੂੰ ਐਂ ਲੱਗਦਾ ਵੀ ਜਦੋਂ ਮੈਂ ਆਡੀਸ਼ਨ ਦੇਣ ਆਇਆ ਸੀਗਾ ਆਡੀਸ਼ਨ ਤੋਂ ਬਾਅਦ ਮਤਲਬ ਥੋੜ੍ਹਾ ਮੈਂ ਪੈਂਡਿੰਗ 'ਚ ਐਵੇਂ ਸੀਗਾ ਵੀ ਹਾਂ ਤੁਹਾਨੂੰ ਦੱਸਦੇ ਹਾਂ ਜੀ ਠੀਕ ਹੈ ਅਤੇ ਉਸ ਤੋਂ ਬਾਅਦ ਮੈਨੂੰ ਹੌਲੀ ਹੌਲੀ ਪਰ ਮੈਨੂੰ ਇੰਨਾ ਪਤਾ ਜਿੱਥੇ ਤੱਕ ਮੈਨੂੰ ਲੱਗਦਾ ਵੀ ਮੈਂ ਵੀ ਪਹਿਲੀਆਂ ਜੀਆਂ 'ਚ ਸਿਲੈਕਟ ਹੋ ਗਿਆ ਸੀਗਾ ਓਕੇ ਹਾਂ ਮੈਂ ਆਡੀਸ਼ਨ ਦੇ ਕੇ ਜੀ ਬਾਕੀ ਬਾਈ ਨਾਲ ਕੰਮ ਕੀਤਾ ਸੀਗਾ ਮੈਂ ਪਹਿਲਾਂ ਥੋੜ੍ਹਾ ਯਾਰ ਜਿਗਰੀ ਕਸੂਤੀ ਡਿਗਰੀ ਦੇ ਸੀਜ਼ਨ 'ਚ ਕੀਤਾ ਸੀਗਾ ਛੋਟਾ ਜਿਹਾ ਕਰੈਕਟਰ ਹੈ ਮੇਰਾ ਅਤੇ ਸੈਕਿੰਡ ਸੀਜ਼ਨ 'ਚ ਉਹ ਹਲੇ ਆਉਣਾ ਸੀਗਾ ਅਤੇ ਉਹ ਮਤਲਬ ਬਾਈ ਨੇ ਮਿਲੇ ਹੋਏ ਸੀ ਕੰਮ ਦੇਖਿਆ ਸੀਗਾ ਬਾਈ ਨੂੰ ਵਧੀਆ ਲੱਗਿਆ ਤਾਂ ਕਰਕੇ ਬਾਈ ਨੂੰ ਪਤਾ ਵੀ ਸੀਗਾ ਵੀ ਹਾਂ ਵੀ ਮੈਂ ਤੋਂ ਕਿੰਨਾ ਕੁ ਕੰਮ ਕਰਵਾ ਸਕਦਾ ਅਤੇ ਇਹ ਕਿੰਨੇ ਕੁ ਦੇ ਲਾਇਕ ਹੈ ਤਾਂ ਆਡੀਸ਼ਨ ਵੀ ਹੋਇਆ ਅਤੇ ਮਤਲਬ ਕੋਈ ਐਡੀ ਉਸ ਵਾਲੀ ਗੱਲ ਨਹੀਂ ਹੋਈ ਹੈਗੀ ਅਤੇ ਬਾਈ ਨੇ ਫਿਰ ਮਤਲਬ ਵੀ ਹਾਂ ਤੁਸੀਂ ਸਿਲੈਕਟ ਹੋ ਕਹਿੰਦੇ ਰੈਬੀ ਬਾਈ ਦੇ ਕੋਲ ਸਿਫਾਰਿਸ਼ ਨਹੀਂ ਜਲਦੀ ਇਹਦਾ ਕੀ ਰੀਜ਼ਨ ਹਾਂ ਇਹ ਗੱਲ ਨਹੀਂ ਸੱਚੀ ਗੱਲ ਹੈ ਉਹ ਕੰਪਰੋਮਾਈਜ਼ ਨਹੀਂ ਕਰਦੇ ਕੰਮ ਨਾਲ ਉਹ ਕਹਿੰਦੇ ਮੇਰੇ ਨਾਲ ਲੋਕ ਗੁੱਸੇ ਹੀ ਰਹਿੰਦੇ ਆ ਬਹੁਤ ਦੁਨੀਆ ਗੁੱਸੇ ਆ ਨਹੀਂ ਬਿਲਕੁਲ ਜੇ ਆਪਾਂ ਕਹੀਏ ਵੀ ਬਾਈ ਨੇ ਆਪਦੇ ਲਿੰਕ ਵਾਲੇ ਬੰਦੇ ਨੂੰ ਕੰਮ ਦਿੱਤਾ ਬਾਈ ਦੇ ਲਿੰਕ ਦੇ ਬੰਦੇ ਬਹੁਤ ਫਿਰਦੇ ਨੇ ਜੀ ਜਿਹੜੇ ਬਿਲਕੁਲ ਤੇ ਉਹ ਕਾਬਲੀਅਤ ਦੇ ਹਿਸਾਬ ਨਾਲ ਹੁਣ ਦੇਖੋ ਅਸੀਂ ਕੀ ਹੈ ਜਿੰਨੀ ਕੁ ਸਾਡੇ 'ਚ ਕਾਬਲੀਅਤ ਸੀ ਸਾਨੂੰ ਉੱਦਾਂ ਉੱਦਾਂ ਦੇ ਉਵੇਂ ਉਵੇਂ ਦੇ ਕਰੈਕਟਰ ਦਿੱਤੇ ਗਏ ਨੇ ਜੇ ਆਪਾਂ ਪਹਿਲਾਂ ਦੀ ਗੱਲ ਕਰੀਏ ਯਾਰ ਜਿਗਰੀ ਦੇ ਵਿੱਚ ਵੀ ਜੋ ਜਿੰਨੇ ਕਾਬਲ ਸੀ ਜਿਵੇਂ ਦਾ ਕਰੈਕਟਰ ਸੀਗਾ ਉਹ ਮਤਲਬ ਕਰੈਕਟਰ ਦੇ ਢੁੱਕਦੇ ਸੀਗੇ ਕੋਈ ਇਹ ਨਹੀਂ ਹੋਇਆ ਵੀ ਜੇ ਮੈਂ ਕਿਸੇ ਕਰੈਕਟਰ 'ਚ ਫਿੱਟ ਨਹੀਂ ਹੋ ਰਿਹਾ ਬਾਈ ਨੇ ਮੈਨੂੰ ਕਹਤਾ ਵੀ ਕੋਈ ਨਹੀਂ ਕਰ ਦਿਓ ਯਾਰ ਇੱਦਾਂ ਦਾ ਤੁਹਾਨੂੰ ਆਪ ਵੀ ਪਤਾ ਤੁਸੀਂ ਦੇਖੀ ਸਾਰੀ ਆਡੀਅੰਸ ਨੇ ਵੈਬ ਸੀਰੀਜ਼ ਦੇਖੀ ਕੋਈ ਵੀ ਕਰੈਕਟਰ ਇੱਦਾਂ ਦਾ ਨਹੀਂ ਲੱਗ ਰਿਹਾ ਵੀ ਹਾਂ ਇਹ ਕਰੈਕਟਰ ਨਾਲ ਆਪਾਂ ਨੂੰ ਐਂ ਲੱਗਿਆ ਹੋਵੇ ਵੀ ਇਹ ਧੱਕੇ ਨਾਲ ਵੜਿਆ ਹੋਇਆ ਵੀ ਇਹ ਢੁੱਕ ਰਿਹਾ ਨਹੀਂ ਪਰ ਇਹਨੂੰ ਮੈਨੂੰ ਲੱਗਦਾ ਐਵੇਂ ਦਾ ਨਹੀਂ ਹੋਣਾ ਚਾਹੁੰਦਾ ਜੀ ਇਹ ਚੀਜ਼ 'ਤੇ ਬਾਈ ਨੇ ਇੰਨਾ ਕੁ ਕੰਮ ਕੀਤਾ ਤਾਂ ਹੀ ਮੈਨੂੰ ਲੱਗਦਾ ਵੀ ਜੇ ਆਪਾਂ ਗੱਲ ਕਰੀਏ ਸਾਡਾ ਜੇ ਸਪਤੰਬਰ ਦੇ ਵਿੱਚ ਸ਼ੂਟ ਸਟਾਰਟ ਹੋ ਗਿਆ ਸੀਗਾ ਤਾਂ ਜੇ ਉਹ ਮਾਰਚ ਤੱਕ ਪਹੁੰਚਿਆ
ਤਾਂ ਉਹ ਕਿਤੇ ਨਾ ਕਿਤੇ ਕਰੈਕਟਰਾਂ ਦੇ ਕਰਕੇ ਪਹੁੰਚ ਗਿਆ ਹੁਣ, ਕਿਉਂਕਿ ਬਾਈ ਦੀ ਜਿਹੜੀ ਜਿੱਦ ਸੀਗੀ ਵੀ ਜੇ ਕਰੈਕਟਰ ਲੈਣਾ ਤਾਂ ਐਵੇਂ ਦਾ ਹੀ ਲੈਣਾ, ਜੇ ਮਿਲੂਗਾ ਤਾਂ ਕੰਮ ਸ਼ੁਰੂ ਹੋਊਗਾ, ਨਹੀਂ ਆਪਾਂ ਕੋਈ ਨੀ, ਕੋਈ ਏਦਾਂ ਦੀ ਆਪਾਂ ਨੂੰ ਉਹ ਨਹੀਂ ਹੈਗੀ, ਮਤਲਬ ਉਹ ਚੀਜ਼ ਸਹੀ ਰਹੀ ਹੈ। ਜਦੀ ਵੀ ਜਦੋਂ ਨਾ ਆਪਾਂ ਗਿੱਪੀ ਬਾਈ ਦੀ ਜਾਂ ਕਿਸੇ ਹੋਰ ਦੀ ਇੰਟਰਵਿਊ ਕਰਦੇ ਹੋ, ਇੱਕ ਗੱਲ ਕਹਿੰਦੇ ਹੁੰਦੇ ਚਾਹੇ ਕਹਿੰਦੇ ਯਾਰ ਫਿਲਮ ਬਣਾਉਣੀ ਹਜੇ ਫਿਰ ਵੀ ਸੌਖੀ ਆ, ਪ੍ਰਮੋਸ਼ਨ ਕਰਨੀ ਬੜੀ ਔਖੀ ਲੱਗਦੀ ਹੈ, ਪਰ ਇਹਦੇ ਬਿਨਾਂ ਗੁਜ਼ਾਰਾ ਵੀ ਹਾਨੀ ਕਰਨੀ ਪੈਂਦੀ ਆ। ਹੁਣ ਤੁਸੀਂ ਵੀ ਬੈਕ ਟੂ ਬੈਕ ਬਹੁਤ ਇੰਟਰਵਿਊਜ਼ ਕਰ ਰਹੇ ਹੋ, ਉਹ ਐਕਸਪੀਰੀਅੰਸ ਕਿਹੋ ਜਿਹਾ ਰਹਿੰਦਾ ਹੈ? ਕਿਉਂਕਿ ਦੇਖੋ ਗੱਲ ਤਾਂ ਅਗਲੇ ਨੇ ਵੀ ਤੁਹਾਡੇ ਕੋਲ ਉਹੀ ਪੁੱਛਣੀ ਆ, ਉਹਨਾਂ ਕੋਲ ਉਹੀ ਟੌਪਿਕ ਆ, ਕਿਉਂ ਕਿਵੇਂ ਦਾ ਰਹਿੰਦਾ ਐਕਸਪੀਰੀਅੰਸ, ਤੁਸੀਂ ਇੰਨੀਆਂ ਇੰਟਰਵਿਊਜ਼ ਕੀਤੀਆਂ ਹੁਣ ਤੱਕ? ਨਹੀਂ ਮਤਲਬ ਜੇ ਆਪਾਂ ਇੰਟਰਵਿਊ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਫੀਲ ਹੁੰਦਾ ਜਦੋਂ ਇੰਟਰਵਿਊ ਕਰਦੇ ਹਾਂ। ਇੰਟਰਵਿਊ ਦੇ ਵਿੱਚ ਹਮੇਸ਼ਾ ਕੁਛ ਨਾ ਕੁਛ ਨਵਾਂ ਨਵਾਂ ਵੀ ਉਹ ਮਿਲਦਾ, ਜਿਵੇਂ ਕਿ ਹੈ ਨਾ ਹਰ ਇੱਕ ਬੰਦੇ ਨੇ ਅਲੱਗ ਸਵਾਲ ਪੁੱਛਣੇ ਹੁੰਦੇ ਨੇ, ਕਈ ਕੁਛ ਕੁ ਸਵਾਲ ਹੁੰਦੇ ਨੇ ਜਿਹੜੇ ਸੇਮ ਟੂ ਸੇਮ ਹੋ ਜਾਂਦੇ ਨੇ। ਪਰ ਹਾਂ ਜੇ ਆਪਾਂ ਪ੍ਰਮੋਸ਼ਨ ਦੀ ਗੱਲ ਕਰੀਏ ਤਾਂ ਇੰਟਰਵਿਊਜ਼ ਤੋਂ ਬਹੁਤ ਇਸ ਚੀਜ਼ ਦਾ ਸਾਨੂੰ ਬੈਨੀਫਿਟ ਹੈ ਜਿਹੜਾ ਉਹ ਮਿਲਦਾ। ਬਿਲਕੁਲ, ਕਿਉਂਕਿ ਮੈਂ ਜੇ ਗੱਲ ਕਰਾਂ ਤਾਂ ਜਦੋਂ ਅਸੀਂ ਕੋਈ ਵੀ ਫੋਟੋ ਪਾਉਂਦੇ ਹਾਂ ਜਾਂ ਕੁਛ ਵੀ ਪਾਉਂਦੇ ਹਾਂ, ਕੰਟੈਂਟ ਪਾਉਂਦੇ ਹਾਂ, ਤਾਂ ਲੋਕ ਨਾ ਇੰਟਰਵਿਊਆਂ ਦੇ ਵਿੱਚੋਂ ਸਾਡੀਆਂ ਗੱਲਾਂ ਸੁਣ ਕੇ ਉਹ ਕਮੈਂਟ 'ਚ ਕਰਦੇ ਨੇ, ਕਰਦੇ ਆ ਹਾਂ ਵੀ ਉਹ ਐਵੇਂ ਕਰਕੇ ਵੀ ਯਾਰ ਐਂ ਹੋਇਆ, ਜੇ ਹੁਣ ਮੈਂ ਕਿਸੇ ਇੰਟਰਵਿਊ ਦੇ ਵਿੱਚ ਗੱਲ ਕਰੀ ਵੀ ਐਂ ਕਰਕੇ ਜੀ ਮੈਨੂੰ ਮਤਲਬ ਇੰਨੇ ਕੁ ਤਰਲੇ ਕਰਨੇ ਪੈਂਦੇ ਫੋਟੋ ਲਈ ਜਾਂ ਰੀਲ ਲਈ, ਤਾਂ ਉਹ ਨੀਚੇ ਕਮੈਂਟ ਕਰ ਰਹੇ ਨੇ ਇਹਦੇ ਲਈ ਕਿੰਨੇ ਕਰੇ ਨੇ ਵੀਰੇ, 150 ਸਾਡੇ ਕਿੰਨੇ ਜਾਂ 250 ਸਾਡੇ, ਉਹ ਐਵੇਂ ਦੀਆਂ ਗੱਲਾਂ ਕਰਦੇ ਨੇ। ਤਾਂ ਇਹ ਗੱਲ ਤੋਂ ਸਾਨੂੰ ਮਤਲਬ ਹੋਰ ਵੀ ਖੁਸ਼ੀ ਹੁੰਦੀ ਆ ਵੀ ਲੋਕ ਇੰਟਰਵਿਊ ਦੇਖਣ 'ਚ ਇੰਟਰਸਟ ਰੱਖਦੇ ਨੇ, ਉਹਨਾਂ ਉਹ ਜਾਣਨਾ ਚਾਹੁੰਦੇ ਨੇ ਵੀ ਕਿਵੇਂ ਚੱਲਦਾ ਹੈ, ਕੀ ਚੱਲਦਾ ਸੈੱਟ 'ਤੇ ਕਿਵੇਂ ਚੱਲਦਾ ਹੈ ਜਾਂ ਆਪਦੀ ਲਾਈਫ 'ਚ ਕੀ ਚੱਲਦਾ, ਇਹਨਾਂ ਚੀਜ਼ਾਂ ਨੂੰ ਲੈ ਕੇ। ਤਾਂ ਜਦੋਂ ਆਪਾਂ ਇੰਟਰਵਿਊ ਦੇਖਦੇ ਹਾਂ ਤਾਂ ਇੰਟਰਵਿਊ ਦੇ ਨਾਲ ਹੁਣ ਨਵੀਂ ਤੋਂ ਨਵੀਂ ਆਡੀਅੰਸ ਹੈ ਹਰ ਜਗ੍ਹਾ ਤੇ ਕਿਤੇ ਨਾ ਕਿਤੇ ਬੈਠੀ ਹੁੰਦੀ ਹੈ, ਉਹ ਆਡੀਅੰਸ ਦੇ ਥਰੂ ਆਪਾਂ ਅੱਗੇ ਦੀ ਅੱਗੇ ਜਾਣਾ ਹੁੰਦਾ ਜੀ, ਤੇ ਉਹ ਚੀਜ਼ ਦਾ ਬੈਨੀਫਿਟ ਹੋ ਰਿਹਾ, ਅੱਗੇ ਦੀ ਅੱਗੇ ਜਾ ਰਹੇ ਹਾਂ, ਤੇ ਉਹ ਸਾਡੇ ਲਈ ਵੀ ਤੇ ਸੀਰੀਜ਼ ਲਈ ਵੀ ਸਾਰਿਆਂ ਲਈ ਬੈਨੀਫਿਟ। ਤੇ ਤੁਸੀਂ ਆਪਣੇ ਇੰਟਰਵਿਊਸ ਦੇਖਦੇ ਆ ਤੇ ਘਰਦਿਆਂ ਨੂੰ ਭੇਜਦੇ ਆ ਖਾਸ ਕਰਕੇ, ਕਿਉਂਕਿ ਮੈਨੂੰ ਮੇਰੀ ਸਮਝ ਸ਼ਾਇਦ ਇਹ ਕਹਿੰਦੀ ਆ ਵੀ ਇੰਟਰਵਿਊਜ਼ ਕਰਨੀ ਆ ਕਿਸੇ ਵੀ ਚੈਨਲ ਨੂੰ ਲੈ ਕੇ, ਉਹ ਇੱਕ ਪ੍ਰੋਜੈਕਟ ਤੋਂ ਵੀ ਵੱਡੀ ਚੀਜ਼ ਹੁੰਦੀ, ਕਿਉਂਕਿ ਆਪਾਂ ਇਸ ਕਾਬਲ ਹੋ ਗਏ ਕਿ ਆਪਾਂ ਕਿਸੇ ਨੂੰ ਬਹਿ ਕੇ ਇੰਟਰਵਿਊ ਦੇ ਰਹੇ ਹਾਂ। ਮੇਰੀ ਸਮਝ ਇਹ ਕਹਿੰਦੀ ਆ, ਉਹ ਤੁਸੀਂ ਘਰਦਿਆਂ ਨੂੰ ਵੀ ਭੇਜਦੇ ਆ, ਆਪ ਵੀ ਦੇਖਦੇ ਹੋ ਜੋ ਇੰਟਰਵਿਊਜ਼ ਦੇ ਵਿੱਚ ਕੀਤਾ ਹੁੰਦਾ? ਹਾਂ ਬਿਲਕੁਲ ਦੇਖਦੇ ਹਾਂ ਜੀ, ਸਾਰੀਆਂ ਇੰਟਰਵਿਊ ਦੇਖਦੇ ਹਾਂ, ਤੇ ਘਰੇ ਜੇ ਮੈਂ ਗੱਲ ਕਰਾਂ ਘਰਦਿਆਂ ਨੂੰ ਭੇਜਣ ਦੀ ਲੋੜ ਨਹੀਂ ਪੈਂਦੀ, ਉਹ ਮੈਨੂੰ ਭੇਜ ਰਹੇ ਨੇ। ਨਵੀਂ ਆ ਗਈ ਭੈਣਾਂ ਨੇ ਜੀ, ਭੈਣਾਂ ਨੂੰ ਹੁੰਦਾ ਵੀ ਹਾਂ ਕੀ ਆਇਆ, ਅੱਛਾ ਉਹਦੀ ਇੰਟਰਵਿਊ ਆ ਗਈ, ਉਹਨਾਂ ਨੇ ਮੈਨੂੰ ਇੱਕ ਇੱਕ ਲਿੰਕ ਹੈ ਜਿਹੜਾ ਉਹ ਵਟਸਐਪ ਕਰਨਾ ਵੀ ਹਾਂ ਤੇਰੀ ਆਹ ਇੰਟਰਵਿਊ ਆ ਗਈ, ਤੇਰੀ ਆਹ ਇੰਟਰਵਿਊ ਆ ਗਈ, ਤੂੰ ਆਹ ਦੇਖ ਲਈ, ਨਹੀਂ ਮੈਂ ਦੇਖੀ ਨਹੀਂ, ਮੈਂ ਬਿਜੀ ਸੀ, ਚੰਗਾ ਦੇਖ ਲਈ ਇਹਦੇ ਵਿੱਚ ਤੂੰ ਐਂ ਕਰਿਆ, ਇਹਦੇ ਵਿੱਚ ਤੂੰ ਐਂ ਕਰਿਆ, ਉਹ ਸਾਰੀਆਂ ਗੱਲਾਂ ਮਤਲਬ ਨੁਕਸ ਕੱਢਿਆ ਕਿਸੇ ਇੰਟਰਵਿਊ ਵਿੱਚ ਗਲਤ ਬੋਲੀਆਂ ਜਾਂ ਕੁਛ ਹੋ ਗਿਆ? ਨੁਕਸਾਂ ਦਾ ਮੈਨੂੰ ਇਹ ਕਹਿੰਦੇ ਨੇ ਤੂੰ ਬੋਲਦਾ ਘੱਟ ਹੈ। ਅੱਛਾ, ਹਾਂ ਮੈਨੂੰ ਉਹਨਾਂ ਨੇ ਇਹੀ ਕਿਹਾ, ਹੁਣ ਵੀ ਮੈਨੂੰ ਫੋਨ ਆਇਆ ਤੇ ਮੈਨੂੰ ਕਹਿੰਦੇ ਕਿੱਥੇ ਮਹਾਂ ਵੀ ਐਂ ਕਰਕੇ ਇੰਟਰਵਿਊ ਹੈ ਵੀ ਇੰਟਰਵਿਊ ਦੇਣ ਆਏ ਹੋਏ ਆ। ਅੱਛਾ, ਤੇ ਲਾਈਵ 'ਚ ਤਾਂ ਬੋਲਿਆ ਨਹੀਂ, ਹੁਣ ਬੋਲ ਨਹੀਂ ਮਾੜਾ ਮੋਟਾ? ਓਕੇ, ਮੈਂ ਕਹਿੰਦਾ ਜਿਹੜਾ ਅੱਜ ਟ੍ਰੋਲ ਪੰਜਾਬੀ ਤੇ ਲਾਈਵ ਕਰ ਰਿਹਾ, ਕਹਿੰਦੇ ਲਾਈਵ 'ਚ ਤਾਂ ਤੂੰ ਚੁੱਪ ਕਰਕੇ ਬੈਠਾ ਰਿਹਾ, ਮਾੜਾ ਮੋਟਾ ਬੋਲ ਲਿਆ ਕਰ। ਮੈਂ ਠੀਕ ਹੈ ਬੋਲੂੰਗਾ। ਤੇ ਜਿਹੜੇ ਇਹਦੇ ਵਿੱਚ ਹੁਣ ਸਿੰਗਿੰਗ ਵਾਲਾ ਕੀੜਾ ਦਿਖਾਇਆ ਗਿਆ, ਕੀੜਾ ਦਿਖਾਇਆ ਗਿਆ ਕਿਉਂਕਿ ਉਸ ਬੰਦੇ ਨੂੰ ਬਹੁਤ ਜ਼ਿਆਦਾ ਕਰੇਜ਼ ਆ। ਬਿਲਕੁਲ, ਉਹ ਹੈ ਅੰਦਰ,